ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰਜੀ ਦੀ ਅਗਵਾਈ ਹੇਠ ਨਸ਼ਾ ਮਾੜੇ ਅੰਸਰਾਂ ਵਿਰੁੱਧ ਮੁਹਿੰਮ ਚਲਾਈ ਗਈ ਸੀ, ਜਿਸ ਸੰਬੰਧੀ ਇੰਸਪੈਕਟਰ ਬਲਜਿੰਦਰ ਸਿੰਘ, ਮੁੱਖ ਅਫਸਰ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੇਹਾਤੀ ਨੇ ਦੱਸਿਆ ਕਿ ਮਿਤੀ 30 ਜੁਲਾਈ ਨੂੰ ASI ਸਰਬਜੀਤ ਸਿੰਘ, ਪੁੱਤਰ ਕਸ਼ਮੀਰ ਸਿੰਘ, ਵਾਸੀ ਅਰਬਨ ਅਸਟੇਟ ਪੁੱਡਾ ਕਲੋਨੀ ਬਟਾਲਾ ਰੋਡ ਗੁਰਦਾਸਪੁਰ ਹਾਲ, ਕਿਰਾਏਦਾਰ ਅਜੀਤ ਸਿੰਘ ਉੱਪਲ, ਸ਼ੰਕਰ ਚੌਂਕ ਨਕੋਦਰ ਜ਼ਿਲ੍ਹਾ ਜਲੰਧਰ ਪਾਸੋਂ ਬੱਸ ਅੱਡਾ ਬਹਾਦਰਪੁਰ ਬਾਬੇ ਦੀ ਮਜ਼ਾਰ ਪਾਸ ਦੋ ਨਾਮਲੂ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਦਾਤਰ ਨਾਲ ਸੱਟਾਂ ਮਾਰ ਕੇ ਉਸ ਪਾਸੋਂ 37,000 ਰੁਪਏ ਖੋ ਕੇ ਫਰਾਰ ਹੋ ਗਏ ਸਨ। ਜਿਸ ਸੰਬੰਧੀ ਮੁਕੱਦਮਾ ਨੰਬਰ 60 ਮਿਤੀ 1 ਅਗਸਤ ਅਧੀਨ 379 BIPC ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ, ਜੋ ਉਪਰੋਕਤ ਮੁਕੱਦਮਾ ਦੇ ਦੋਵੇਂ ਦੋਸ਼ੀਆਂ ਜਸਪ੍ਰੀਤ ਸਿੰਘ ਉਰਫ ਜੱਸਾ, ਪੁੱਤਰ ਲੇਟ, ਪੁੱਤਰ ਦਲਜੀਤ ਸਿੰਘ, ਵਾਸੀ ਪੱਤੀ ਗੱਗੜ ਕੇ ਜੰਡਿਆਲਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਅਤੇ ਅਮਨਦੀਪ ਸਿੰਘ ਉਰਫ ਪੀਤੂ, ਪੁੱਤਰ ਲੇਟ ਪਾਲ ਸਿੰਘ, ਵਾਸੀ ਜੰਡਿਆਲਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਨੂੰ ਮਿਤੀ 3 ਸਪਤੰਬਰ ਨੂੰ ਹਸਤ ਜਾਪਦਾ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ਸੀ ਅਤੇ ਦੋਸ਼ੀਆਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਬੰਦ ਹਵਾਲਾਤ ਥਾਣੇ ਕੀਤੇ ਗਏ ਹਨ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਹੋਰ ਕਈ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ। 30/7/19 ਨੂੰ ਕਰੀਬ 7:15 ਵਜੇ ਸ਼ਾਮ ਸਰਬਜੀਤ ਸਿੰਘ ਸਾਨਾ ਕਸ਼ਮੀਰ ਸਿੰਘ, ਜੋ ਕਿ ਪੁਲਿਸ ਡਿਪਾਰਟਮੈਂਟ ਨੌਕਰੀ ਕਰਦਾ, ਫਲੋਰ ਤੋਂ ਆਪਣੀ ਡਿਊਟੀ ਕਰਕੇ ਵਾਪਸ ਆਪਣੇ ਰੈਜੀਡੈਂਸ ਨਕੋਦਰ ਨੂੰ ਜਾ ਰਿਹਾ ਸੀ। ਜਦ ਸਾਡਾ ਮੋਬਾਈਲ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਪਿੱਛੋਂ 2 ਨੌਜਵਾਨ ਨੇ ਉਸ ਨੂੰ ਘੇਰ ਕੇ ਇਸ ਦੇ ਦਾਤਰ ਨਾਲ ਸੱਟਾਂ ਮਾਰੀਆਂ। ਇਸ ਕੋਲੋਂ 3700 ਰੁਪਏ ਨਗਦ ਅਤੇ ਜ਼ਰੂਰੀ ਕਾਗਜ਼ਾਤ ਹੋ ਕੇ ਫਰਾਰ ਹੋ ਗਏ। ਜੇ ਸੰਬੰਧੀ ਮੁਕੱਦਮਾ ਨੰਬਰ 60 ਮਿਤੀ 1/8/19 ਅੰਡਰ ਸੈਕਸ਼ਨ 387 ਵੀ ਥਾਣਾ ਬਿਲਗਾ ਦਰਜ ਰਜਿਸਟਰ ਹੋਇਆ ਸੀ। ਇਸ ਮੁਕੱਦਮੇ ਸੰਬੰਧੀ ਦੋਸ਼ੀਆਂ ਜਸਪ੍ਰੀਤ ਸਿੰਘ ਉਰਫ ਜੱਸਾ, ਸਨ ਉਰਫ ਦਲਜੀਤ ਸਿੰਘ, ਅਮਨਦੀਪ ਸਿੰਘ, ਸਨ ਉਰਫ ਪਾਲ ਸਿੰਘ, ਦੋਨੇ ਵਾਸੀ ਜੰਡਿਆਲਾ, ਕੱਲ੍ਹ ਮਿਤੀ 3/9/19 ਨੂੰ ਹਸਪਤਾਲ ਤੱਕ ਗ੍ਰਿਫਤਾਰ ਕੀਤੇ ਗਏ। ਗ੍ਰਿਫਤਾਰ ਕਰਨ ਤੋਂ ਉਪਰੰਤ ਅਦਾਲਤ ਪੇਸ਼ ਕੀਤਾ, ਜੋ ਮਾਨਯੋਗ ਜੱਜ ਸਾਹਿਬ ਨੇ ਇਹਨਾਂ ਦਾ 3 ਦਿਨ ਦਾ ਫੀਸ ਰਿਮਾਂਡ ਦਿੱਤਾ ਹੈ। ਆਸ ਆ ਵੀ ਇੱਦਾਂ ਦੇ ਰਿਮਾਂਡ ਪੁੱਛਗਿੱਛ ਵਿੱਚ ਹੋਰ ਵੀ ਵਾਰਦਾਤਾਂ ਦੀ ਖੁਲਾਸਾ ਹੋ ਸਕਦਾ ਹੈ। ਇਸ ਸੰਬੰਧੀ ਮਜ਼ੀਦ ਪੁੱਛਗਿੱਛ ਕੀਤੀ ਜਾ ਰਹੀ ਹੈ।